दर्शकों का स्वागत है। मैं थोड़ा अपना वरिंदर संधू गल करी जो भामिया जो कतल होया है पार्सल लड़के का जो उन्होंने बिल्कुल करीबी जो अपने उन्होंने रिश्तेदार बिल्कुल कोल बैठे आप पता करते हैं उन्होंने की होया जी गल मैनू नहीं पता भीरे हफ्ता पहला भी कहना मैं फेंटा धमकियां दिता फिर कहना मैंने सागर धमकियां दिता फोन से मैं चल फेंटे ना गल मैं कर लैनी नंबर दे दे मैं नंबर नहीं दिता मैं क्या मैं घरें जाए नहीं हाँ कहना नहीं तेन गाल कूगा फिर मैं लड़ना पऊ रहन दे जाना नहीं भैन तू ना जाई मैं क्या चंगा मेरे को नंबर नहीं सगा मैं क्या मैं नहीं गल की उदू बाद कल मैं शाम को 5 बजे ये गल की ट्रांसपोर्ट नगर से मैं क्या भी हाँ पारस तू ठीक हाँ कहना हाँ ठीक है कहना मैं धमकियां ਦਿੰਦਾ ਖੰਨਾ ਮੈਨੂੰ ਕਹਿੰਦਾ ਵੀ ਤੈਨੂੰ ਮਾਰ ਦੇਣਾ ਅੱਜ ਮੈਂ ਤੈਨੂੰ ਮੈਂ ਕਿਹਾ ਕੋਈ ਨਹੀਂ ਮਾਰਦਾ ਰੱਬ ਦੇ ਹੱਥ ਆ ਤੂੰ ਜਾਈ ਨਾ ਕਿਧਰੇ ਬਸ ਤੂੰ ਘਰੇ ਚਲਿਆ ਜਾ ਫੋਨ ਬਲੌਕ ਕਰ ਦੇ ਜੇ ਤੈਨੂੰ ਧਮਕੀ ਦਿੰਦਾ ਵਾ ਕੋਈ ਨਾ ਮੇਰੇ ਨਾਲ 5 ਵਜੇ ਗੱਲ ਹੋਈ ਆ 6:30 ਵਜੇ ਉਹਨਾਂ ਨੇ ਮਾਰਤਾ ਖੰਨਾ ਇਹਨਾਂ ਕੋਈ ਨਾਲ ਕਹਿੰਦੇ ਪਹਿਲੇ ਇਕੱਠੇ ਗਏ ਇਕੱਠੇ ਰਹਿੰਦੇ ਹੁੰਦੇ ਸੀਗੇ ਪਹਿਲਾਂ ਬਹੁਤ ਦੇਰ ਹੋ ਗਈ ਉਦੋਂ ਇਕੱਠੇ ਰਹਿੰਦੇ ਸੀਗੇ ਹੁਣ ਜਿਹੜਾ ਵਿਸ਼ਾਲ ਸੂਦ ਆ ਆਸਟ੍ਰੇਲੀਆ 'ਚ ਬੈਠਾ ਉਹਨੇ ਪਾਰਸ ਦਾ ਮਕਾਨ ਦੱਬਿਆ ਹੋਇਆ ਸਿਮਰਨ ਸੂਦ ਜਿਹੜੀ ਇੱਥੇ ਬੈਠੀ ਆ ਦੁੱਗਰੀ ਉਹ ਵਿਸ਼ਾਲ ਸੂਦ ਦੀ ਰੱਖੀ ਹੋਈ ਆ ਉਹ ਉਹਨਾਂ ਨੇ ਸੁਪਾਰੀ ਦੇ ਕੇ ਕੰਮ ਕਰਾਇਆ ਖੰਨੇ ਹੋਣਾਂ ਨੂੰ ਇਹ ਨਾਲ ਕਿੰਨੇ ਜਾਣੇ ਸੀਗੇ ਜੀ ਇਹ 7-8 ਜਾਣੇ ਸੀਗੇ ਇੱਕ ਗੋਪੀ ਜਿਹੜਾ ਬਲਾਤਕਾਰ 'ਚ ਭੱਜਿਆ ਕੇਪੀ ਦਾ ਮੁੰਡਾ ਉਹ ਆ ਇੱਕ ਇਹ ਆ ਇੱਕ ਦੋ ਹੋਰ ਆ ਪਤਾ ਨਹੀਂ ਕੌਣ ਕੌਣ ਆ ਇੱਕ ਖੰਨਾ ਦਾ ਕੱਲ੍ਹ ਮੈਨੂੰ ਦੱਸਿਆ ਫੈਂਟਾ ਵੀ ਮੈਨੂੰ ਪੁੱਤ ਹੋਰ ਮੈਂ ਨਾਂ ਨਹੀਂ ਜਾਣਦੀ ਵੀਰੇ ਇਹਨਾਂ ਨੇ ਕੋਈ ਆਪਸ 'ਚ ਪਹਿਲਾਂ ਕੋਈ ਇਹਨਾਂ ਨੇ ਫੋਨ 'ਤੇ ਕੋਈ ਕਹਿੰਦੇ ਬਹੁਤ ਪਹਿਲਾਂ ਬੈਂਸ ਵਜਾਈ ਹੋਈ ਆ ਦੋ ਧਮਕੀ ਦਿੰਦੇ ਸੀ ਰੋਜ਼ ਗਾਲਾਂ ਕੱਢਦੇ ਸੀ ਮੈਨੂੰ ਸੁਣਾਇਆ ਉਹਨੇ ਗਾਲਾਂ ਕੱਢੇ ਆ ਕਹਿੰਦਾ ਮੈਨੂੰ ਮੈਂ ਕਿਹਾ ਤੂੰ ਨਾ ਗਾਲ ਕੱਢੀ ਕੋਈ ਨਾ ਤੂੰ ਰਿਕਾਰਡਿੰਗ ਕਰ ਲਈ ਪਹਿਲਾਂ ਸੁਣਿਆ ਕਿ ਟਾਈਪਰੋਡ ਚੌਂਕ ਦੇ ਵਿੱਚ ਵੀ ਇਹਨਾਂ ਦੀ ਪੂਰੀ ਲੜਾਈ ਹੋ ਉਸ ਤੋਂ ਬਾਅਦ ਇਹਨਾਂ ਨੇ ਆਪਸ ਦੇ ਵਿੱਚ ਲੜਾਈ ਇੱਥੇ ਭਾਮੀਆਂ ਚੌਂਕ 'ਤੇ ਜਾ ਕੇ ਲੜਾਈ ਹੋਈ ਨਹੀਂ ਉੱਥੇ ਨਹੀਂ ਹੋਈ ਇਹ ਇੱਧਰੋਂ ਹੀ ਗਿਆ ਸੀਗਾ ਮੋਤੀ ਨਗਰ ਤੋਂ ਇਹ ਤਾਂ ਦੋਨੇ ਖਾਲੀ ਹੱਥ ਸੀਗੇ ਦੋਨੋਂ ਮੁੰਡੇ ਅਭੀ ਅਤੇ ਜਦੋਂ ਉਹਨਾਂ ਨੇ ਅਭੀ ਦੇ ਦਾਹ ਮਾਰਿਆ ਅਭੀ ਭੱਜ ਗਿਆ ਪਿੱਛੋਂ ਇਹ ਸਕੂਟਰੀ ਕਢਾਉਣ ਲੱਗਾ ਅਤੇ ਇਹਦੇ ਸਿਰ 'ਚ ਦਾਹ ਮਾਰਿਆ ਬਸ ਡਿੱਗੇ 'ਤੇ ਮਾਰੀ ਗਏ ਆ ਸਾਰਾ ਮੂੰਹ ਪਾੜਿਆ ਪਿਆ ਤੁਸੀਂ ਦੇਖਦੇ ਹੋ ਜੀ ਆਪਣੇ ਜਿਹੜੇ ਭਾਮੀਆਂ ਵਿੱਚ ਜੋ ਹੋਇਆ ਇੱਕ ਅਭੀ ਨਾਂ ਦਾ ਲੜਕਾ ਜਿਹਦੀ ਬਿਲਕੁਲ ਤਬੀਅਤ ਬਿਲਕੁਲ ਠੀਕ ਆ ਥੋੜ੍ਹੀ ਬਹੁਤੀ ਨੋਰਮਲ ਆ ਅਤੇ ਉਹਨੂੰ ਰੈਫਰ ਕੀਤਾ ਗਿਆ ਵਾ ਜਿਹੜੇ ਆਪਣੇ ਜਿਹੜੇ ਪਾਰਸ ਵਾ ਛੋਟਾ ਭਰਾ ਪਾਰਸ ਖੱਤਰੀ ਸੀ ਜੀ ਜਿਹਦਾ ਗੱਲ ਕਤਲ ਕੀਤਾ ਗਿਆ ਸੰਦੀਪ ਵੀਰੇ ਉਹਦੀ ਜੋਬ ਕਰਦਾ ਸੀ ਉਹ ਅਤੇ ਵੀਰੇ ਦੇ ਨਾਲ ਹੀ ਹੁੰਦਾ ਸੀ ਅਤੇ ਇੱਕ ਮੁੰਡਾ ਸੁਮਿਤ ਖੰਨਾ ਅਜੇ ਪੰਡਿਤ ਰਾਜਨ ਪੰਡਿਤ ਗੈਂਗ ਵੱਲੋਂ ਸੰਦੀਪ ਵੀਰੇ ਦੀ ਰੇਕੀ ਕਰਨ ਵਾਸਤੇ ਉਹਨੂੰ ਹੈ ਇਹਨਾਂ ਨੇ ਹਾਇਰ ਕੀਤਾ ਸੀ ਅਤੇ ਪਾਰਸ ਖੱਤਰੀ ਨੇ 10 ਕੁ ਦਿਨ ਪਹਿਲਾਂ ਸਾਰੀ ਡਿਟੇਲ ਜਾਣਕਾਰੀ ਦੱਸ ਦਿੱਤੀ ਅਤੇ ਜਦੋਂ ਖੰਨੇ ਨੂੰ ਇੱਥੋਂ ਭਜਾ ਦਿੱਤਾ ਗਿਆ ਉਸ ਗੱਲ ਦੀ ਉਹ ਰੰਜ ਵੀ ਰੱਖਦਾ ਸੀ ਫਿਰ ਇਹਨਾਂ ਦੀ 10 ਤਰੀਕ ਨੂੰ ਕੋਰਟ ਦੇ ਵਿੱਚ ਤੂੰ ਮਹਿਮਾ ਵੀ ਹੋਈ ਰਾਜਨ ਪੰਡਿਤ ਨਾਲ ਅਤੇ ਅਜੇ ਪੰਡਿਤ ਨੇ ਫੋਨ ਦੇ ਉੱਤੇ ਉਹਨੂੰ ਜਾਣ ਤੋਂ ਮਾਰਨ ਦੀ ਧਮਕੀ ਦਿੱਤੀ ਕਿਉਂਕਿ ਰੰਜਿਸ਼ ਕਰਕੇ ਕੱਲ੍ਹ ਉਹਨਾਂ ਨੇ ਮੌਕਾ ਪਰ ਇਕੱਲੇ ਨੂੰ ਦੇਖ ਕੇ ਉਹਦੇ 'ਤੇ ਹਮਲਾ ਕਰਕੇ ਉਹਦਾ ਕਤਲ ਕਰ ਦਿੱਤਾ ਆਹ ਜੋ ਸੱਚਾਈ ਹੈ ਪਹਿਲਾਂ ਤੁਹਾਡੇ ਬਿਲਕੁਲ ਨਾਂ ਰਹਿੰਦਾ ਹੁੰਦਾ ਸੀ ਇੱਕੋ ਦਮ ਕਿਵੇਂ ਬੁਲਾ ਹੋਇਆ ਕਿਵੇਂ ਚੇਂਜਿੰਗ ਹੋਈ ਕੋਈ ਤੁਹਾਡੀ ਆਪਸ 'ਚ ਬਹਿਸ ਵਧਾਈ ਹੋਈ ਕਿ ਉੱਦਾਂ ਬਿਲਕੁਲ ਉੱਕੜ ਦਾ ਸਾਹ ਪਸੀਬਾ ਪੈਰ ਕੇ ਵਿਖ ਗਿਆ ਲੇਕਿਨ ਇੱਥੇ ਜੋ ਪਰਿਵਾਰ ਪਹੁੰਚੇ ਸੀਗੇ ਜੋ ਲੇਡੀਜ਼ ਪਹੁੰਚੇ ਸੀ ਉਹਦੇ 'ਚ ਡੈਨਿਸ ਦਾ ਨਾਮ ਜ਼ਿਆਦਾ ਉਜਾਗਰ ਕਰ ਰਹੇ ਸੀ ਕਿ ਡੈਨਿਸ ਜਿਹੜੀ ਹੈਗੀ ਹੈ ਡੈਨਿਸ ਸੁਣ ਲਓ ਇੱਕ ਮਿੰਟ ਡੈਨਿਸ ਜਿਹੜਾ ਹੈਗਾ ਵਾ ਉਹ ਸਾਰਾ ਕਰਦਾ ਦਿੱਤਾ ਕਿ ਉਹਦੀ ਰਿਕਾਰਡਿੰਗਾਂ ਵੀ ਉਹਨਾਂ ਕੋਲ ਹੈਗੀਆਂ ਕਿੰਨਾ ਕੁ ਉਹਨਾਂ ਨਾਲ ਹੀ ਬਹਿੰਦਾ ਸੀਗਾ ਉਹਨਾਂ ਨਾਲ ਹੀ ਗੱਲਬਾਤ ਕਰਦਾ ਸੀ ਟਾਈਮ ਵੀ ਉਹਨੇ ਚੁਕਾਇਆ ਜੋ ਲੇਡੀਜ਼ ਦਾ ਕਹਿਣਾ ਡੈਨਿਸ ਨੂੰ ਅਸੀਂ ਭਜਾਤਾ ਸੀਗਾ ਨਾਲ ਹੀ ਸਾਰੇ ਇਕੱਠੇ ਭਜਾਏ ਹਾਂਜੀ ਡੈਨਿਸ ਵੀ ਹੈ ਮਤਲਬ ਸਾਨੂੰ ਪਤਾ ਨਹੀਂ ਨਾਂ ਰਲਿਆ ਨਹੀਂ ਲੜਿਆ ਖੰਨੇ ਦਾ ਸਾਨੂੰ ਕਲੀਅਰ ਨਾਂ ਰਲਿਆ ਹੋਇਆ ਅਣਪਛਾਤੇ ਹੈਗੇ ਜੇ ਪੁਲਿਸ ਨੂੰ ਕੋਈ ਡੈਨਿਸ ਸਾਨੂੰ ਕਲੀਅਰ ਨਹੀਂ ਹੈਗਾ ਕਲੀਅਰ ਹੁੰਦਾ ਪੁਲਿਸ ਪਾ ਸਕਦੀ ਹੈ ਹਾਂ ਸਾਨੂੰ ਕਲੀਅਰ ਨਹੀਂ ਹੈਗਾ ਉਹਦੇ ਬਾਰੇ ਅਸੀਂ ਝੂਠ ਕਿਵੇਂ ਕਹਿ ਦਈਏ ਖੰਨੇ ਦਾ ਸਾਨੂੰ ਕਲੀਅਰ ਹੈ ਜਿਹੜੇ ਬੰਦੇ ਕਲੀਅਰ ਹੈ ਉਹਨਾਂ ਦੇ ਨਾਂ ਲਿਖਾਏ ਆ ਅਸੀਂ ਕਿਸੇ ਦੀ ਬਦਦੁਆ ਨਹੀਂ ਲੈਣੀ ਨਜਾਇਜ਼ ਪਾ ਕੇ ਹਾਂ ਪੁਲਿਸ ਤਫਤੀਸ਼ ਦੇ ਵਿੱਚ ਜਦੋਂ ਦੋਸ਼ੀ ਅਰੈਸਟ ਹੁੰਦੇ ਆ ਉਹ ਅੱਗੇ ਦੱਸਦੇ ਆ ਵੀ ਜਿਹੜੇ ਜਿਹੜੇ ਬੰਦੇ ਇਨਵੋਲਵ ਆ ਉਹ ਜ਼ਰੂਰ ਪਾਏ ਜਾਣ ਲੇਕਿਨ ਇੱਕ ਮਹਿਲਾ ਸੀ ਬਹੁਤ ਰੋ ਰੋ ਕੇ ਸਿਰਫ ਪਹਿਲਾਂ ਡੈਨਿਸ ਦਾ ਹੀ ਨਾਮ ਲੈ ਰਹੀ ਸੀਗੀ ਤੇ ਫਿਰ ਜੇ ਉਹ ਲੈ ਰਹੇ ਨੇ ਤੇ ਫਿਰ ਪੁਲਿਸ ਨੂੰ ਤਬਦੀਸ਼ ਕਰਕੇ ਹੁਣ ਇੱਕ ਬੰਦਾ ਫੜਿਆ ਗਿਆ ਹੁਣ ਦੀ ਇੰਟਰੋਗੇਸ਼ਨ ਦੇ ਵਿੱਚ ਸਾਰੀ ਸੱਚਾਈ ਸਾਹਮਣੇ ਆਊਗੀ ਵੀ ਕਿੱਦਾਂ ਹੋਇਆ ਕੀ ਹੋਇਆ ਜੇ ਉਹਦਾ ਰੋਲ 3 ਬੰਦੇ ਫੜੇ ਗਏ ਜੇ ਉਹਦਾ ਰੋਲ ਸਾਹਮਣੇ ਆਇਆ ਇੱਕ ਫੜਿਆ ਗਿਆ ਭਾਵੇਂ 3 ਫੜਿਆ ਗਿਆ ਤਬਦੀਸ਼ ਹੋਵੇ ਜੋ ਵਿੱਚ ਦੋਸ਼ੀ ਹੈ ਉਹਨੂੰ ਵਿੱਚ ਰੱਖਿਆ ਜਾਵੇ ਟੋਟਲ ਹੈ ਕਿੰਨੇ ਜਾਣੇ ਸੀਗੇ ਹੈਗੇ 7-8 ਜਾਣੇ 7-8 ਜਾਣੇ ਇਕੱਠੇ ਇੱਕ ਗਰੁੱਪ ਦਾ ਸੀਗਾ ਜੀ ਗਰੁੱਪ ਅਲੱਗ ਅਲੱਗ ਬਣ ਗਿਆ ਗਰੁੱਪ ਦੇ ਵਿੱਚ ਅਜੇ ਪੰਡਿਤ ਗੈਂਗ ਹੈ ਜੀ ਪੂਰਾ ਅਜੇ ਪੰਡਿਤ ਜਿਹੜਾ ਗੈਂਗਸਟਰ ਹੈ ਪੀਓ ਹੈ ਉਹਨੂੰ ਪੁਲਿਸ ਕਿਉਂ ਨਹੀਂ ਫੜ ਰਹੀ ਸਾਡਾ 3 ਸਾਲ ਤੋਂ ਪੀਓ ਹੈ ਜਿਹੜੇ ਮਾਣਯੋਗ ਸਵਪਨ ਸ਼ਰਮਾ ਜੀ ਉਹਨਾਂ 'ਤੇ ਵੀ ਉਹਨੇ ਫਾਇਰਿੰਗ ਕੀਤੀ ਸੀ ਉਸ ਕੇਸ 'ਚ ਵੀ ਉਹ ਸਜ਼ਾ ਯਾਫਤਾ ਮੇਰੀ ਬੇਨਤੀ ਹੈ ਵੀ ਇਹਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕਰੋ ਇਹਦਾ ਛੋਟਾ ਭਰਾ ਤਾਂ ਇੱਕ ਬਿਲਕੁਲ ਫਲੈਕਸੀਆਂ ਦਾ ਕੰਮ ਕਰਦਾ ਕਹਿੰਦਾ ਫਲੈਕਸੀਆਂ ਦਾ ਕੰਮ ਕਰਨ ਤੋਂ ਬਾਅਦ ਉਹ ਇਹ ਕੇਸ ਦੇ ਵਿੱਚ ਸ਼ਾਮਲ ਨਹੀਂ ਹੈ ਉਹਦੇ 'ਤੇ ਪਹਿਲੇ ਵੀ 307 ਦਾ ਪਰਚਾ ਚੱਲਦਾ
ਤੇ ਅਸੀਂ ਪਹਿਲੇ ਵੀ ਪ੍ਰੋਟੈਸਟ ਕੀਤਾ ਸੀ ਇਸੇ ਮੁੰਡੇ ਪਾਰਸ ਖੱਤਰੀ ਨੇ ਹੈਗੇ ਸੱਤ ਅੱਠ ਜਣੇ ਸੱਤ ਅੱਠ ਜਣੇ ਇਕੱਠੇ ਇੱਕ ਗਰੁੱਪ ਦਾ ਸੀਗਾ ਜੀ ਗਰੁੱਪ ਅਲੱਗ ਅਲੱਗ ਬਣ ਗਿਆ ਗਰੁੱਪ ਦੇ ਵਿੱਚ ਅਜੇ ਪੰਡਿਤ ਗੈਂਗ ਹੈ ਜੀ ਪੂਰਾ ਅਜੇ ਪੰਡਿਤ ਜਿਹੜਾ ਗੈਂਗਸਟਰ ਹੈ ਪੀ ਓ ਹੈ ਉਹਨੂੰ ਪੁਲਿਸ ਕਿਉਂ ਨਹੀਂ ਫੜ ਰਹੀ ਸਾਡਾ ਤਿੰਨ ਸਾਲ ਤੋਂ ਪੀ ਓ ਹੈ ਜਿਹੜੇ ਮਾਣਯੋਗ ਸਵਪਨ ਸ਼ਰਮਾ ਜੀ ਉਹਨਾਂ 'ਤੇ ਵੀ ਉਹਨੇ ਫਾਇਰਿੰਗ ਕੀਤੀ ਜੀ ਉਸ ਕੇਸ 'ਚ ਵੀ ਉਹ ਸਜ਼ਾ ਯਾਫਤਾ ਮੇਰੀ ਬੇਨਤੀ ਹੈ ਵੀ ਇਹਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕਰੋ ਇਹਦਾ ਛੋਟਾ ਭਰਾ ਤਾਂ ਇੱਕ ਬਿਲਕੁਲ ਫਲੈਕਸੀਆਂ ਦਾ ਕੰਮ ਕਰਦਾ ਕਹਿੰਦਾ ਫਲੈਕਸੀਆਂ ਦਾ ਕੰਮ ਕਰਨ ਤੋਂ ਬਾਅਦ ਉਹ ਇਹ ਕੇਸ ਦੇ ਵਿੱਚ ਸ਼ਾਮਿਲ ਨਹੀਂ ਹੈ ਉਹਦੇ 'ਤੇ ਪਹਿਲੇ ਵੀ 307 ਦਾ ਪਰਚਾ ਚੱਲਦਾ ਅਤੇ ਅਸੀਂ ਪਹਿਲੇ ਵੀ ਪ੍ਰੋਟੈਸਟ ਕੀਤਾ ਸੀ ਇਸੇ ਮੁੰਡੇ ਪਾਰਸ ਖੱਤਰੀ ਨੇ ਮੇਰੇ ਨਾਲ ਧਰਨਾ ਦਿੱਤਾ ਸੀ ਕਮਿਸ਼ਨ ਦਫ਼ਤਰ ਦੇ ਬਾਹਰ ਹੁੰਦੀ ਸੀ ਤੁਹਾਡੀ ਹੋਰ ਸਾਡੇ ਕੋਲ ਤੁਹਾਡੀ ਫੋਟੋ ਪਈ ਹੈ ਸਾਡੇ ਕੋਲ ਫਿਰ ਉਹੀ ਗੱਲ ਹੈ ਨਾ ਫਿਰ ਜਦੋਂ ਅਸੀਂ ਸੱਚ ਲੈਣ ਲਈ ਅੱਗੇ ਆਉਂਦੇ ਹਾਂ ਫਿਰ ਕਤਲ ਕਰ ਦਿੱਤਾ ਜਾਂਦਾ ਇਹੀ ਇਹਦੇ ਵਿੱਚ ਹੁਣ ਕੋਈ ਕਿੰਨੇ ਬੰਦੇ ਮਤਲਬ ਕਿੰਨਾ ਕਿੰਨਾ ਨਾਮ ਜਿਹੜੇ ਜਿਹੜੇ ਫੜੇ ਗਏ 10 ਬੰਦੇ ਬਾਏ ਨੇਮ ਨੇ ਜੀ ਐਫ ਆਈ ਆਰ ਦੀ ਕਾਪੀ ਆਪ ਜੀ ਨੂੰ ਸੈਂਡ ਕਰ ਦਿੱਤੀ ਜਾਏਗੀ ਤੇ ਜਿਹੜੇ ਹੋਰ ਦੋਸ਼ੀ ਪਾਏ ਗਏ ਉਹ ਪੁਲਿਸ ਸ਼ਾਮਲ ਵਿੱਚ ਕਰਕੇ ਇਹਨਾਂ ਦੇ ਕੱਲ ਪਰਸੋਂ ਵੀ ਬਹਿਸ ਹੋਈ ਸੀਗੀ ਹੋਈ ਸੀ ਇੱਕ ਦੂਜੇ ਨੂੰ ਵੋਇਸ ਮੈਸੇਜ ਤੇ ਗਾਲਾਂ ਵੀ ਕੱਢ ਰਹੇ ਸੀ ਫੋਨ ਪੁਲਿਸ ਨੇ ਕਬਜ਼ੇ 'ਚ ਲੈ ਲਿਆ ਤੇ ਪੁਲਿਸ ਨੇ ਫੋਨ ਕਬਜ਼ੇ 'ਚ ਲੈ ਲਿਆ ਪੁਲਿਸ ਵੋਇਸ ਮੈਸੇਜ ਦੇਖ ਕੇ ਜਿਹਨੇ ਜਿਹਨੇ ਉਹਨੂੰ ਥਰੈਟ ਕੀਤਾ ਜਿਹਨੇ ਜਿਹਨੇ ਉਹਨੂੰ ਗਾਲਾਂ ਕੱਢੀਆਂ ਜਿਹਨੇ ਜਿਹਨੇ ਧਮਕੀਆਂ ਦਿੱਤੀਆਂ ਜਿਹਨੇ ਜਿਹਨੇ ਇਹ ਗੇਮ ਪਲਾਨ ਕਰਕੇ ਉਹਨੂੰ ਜਗ੍ਹਾ 'ਤੇ ਬੁਲਾਇਆ ਉਹ ਸਾਰਿਆਂ ਨੂੰ ਅਰੈਸਟ ਕਰ ਮਰਡਰ ਹੋਇਆ ਉਹਦੇ ਕੌਣ ਕੌਣ ਜਿਹੜੇ ਮੁਜ਼ਰਮ ਸੀਗੇ ਕਿਹੜੇ ਕਿਹੜੇ ਸੀਗੇ ਦਾਗਤ ਸੀਗੇ ਕਿੰਨੇ ਬੰਦੇ ਦੇ ਖਿਲਾਫ਼ ਪਰਚਾ ਦਰਜ ਹੋਇਆ ਇਹ ਭਾਅ ਜੀ 10 ਬੰਦੇ ਤਾਂ ਬਾਈ ਨੇਮ ਠੀਕ ਹੈ ਤਕਰੀਬਨ 5-6 ਨਾਮ ਨੂਮ ਹੈ ਠੀਕ ਹੈ ਜੀ ਜਿਹਦੇ 'ਚੋਂ 6 ਬੰਦਿਆਂ ਨੇ 6 ਬਾਈ ਨੇਮ ਨੇ ਜਿਹੜੇ ਅਤੇ 5-6 ਨਾਮ ਨੂਮ ਉਹਨਾਂ ਨੇ ਅੰਜਾਮ ਦਿੱਤਾ ਸੀਗਾ ਅਤੇ 4 ਬੰਦਿਆਂ ਦੀ ਇਹਨਾਂ ਨਾਲ ਸਲਾਹ ਮਸ਼ਵਰਾ ਸੀ ਸਰ ਇਲਾਕਾ ਕਿਹੜਾ ਪੈਂਦਾ ਔਰ ਵਜ੍ਹਾ ਕੀ ਸੀ ਇਸ ਮਰਡਰ ਦੀ ਜੋ ਹੋਇਆ ਦੇ ਪਿੱਛੇ ਇਲਾਕਾ ਜਿੱਥੇ ਵਾਰਦਾ ਸੀ ਹਾਂਜੀ ਇਹ ਭਾਮੀਆਂ ਦਾ ਹੋਇਆ ਜਿੱਥੇ ਮਿਡਲ ਸਕੂਲ ਆ ਸਰਕਾਰੀ ਮਿਡਲ ਸਕੂਲ ਉਹਦੇ ਬਿਲਕੁਲ ਸਾਹਮਣੇ ਹੋਇਆ ਅਤੇ ਵਜ੍ਹਾ ਰੰਜਿਸ਼ ਇਹਨਾਂ ਦੀ ਇਹ ਆ ਵੀ ਇਹ 10 ਤਰੀਕ ਨੂੰ ਇਹ ਨਵੀਂ ਕਚਹਿਰੀ ਲੁਧਿਆਣਾ ਗਏ ਸੀਗੇ ਇਹ ਦੋਨੇ ਪਾਰਟੀਆਂ ਉੱਥੇ ਇਹਨਾਂ ਦੀ ਆਪਸ ਵਿੱਚ ਕੋਈ ਕਹਾ ਸੁਣੀ ਹੋਈ ਤਕਰਾਰਬਾਜ਼ੀ ਹੋਈ ਉਦੋਂ ਉੱਥੇ ਮਤਲਬ ਜਿਹੜੀ ਉੱਥੇ ਪਬਲਿਕ ਸੀ ਉਹਨਾਂ ਨੇ ਛੱਡ ਛੜਾ ਕਰਾਤਾ ਸੀ ਇੱਕ ਪਾਰਟੀ ਨੂੰ ਸਾਈਡ 'ਤੇ ਕਰਤਾ ਦੂਸਰੀ ਨੂੰ ਸਾਈਡ 'ਤੇ ਕਰਤਾ ਸੀਗਾ ਅਤੇ ਉਦੋਂ ਤਾਂ ਟਿਕਟਕਾ ਹੋ ਗਿਆ ਸੀ ਬਸ ਇਸੇ ਗੱਲ ਨੂੰ ਰੰਜਿਸ਼ ਨੂੰ ਲੈ ਕੇ ਇਹ ਇਸ ਵਾਰਦਾਤ ਨੂੰ ਅੰਜਾਮ ਕਚਹਿਰੀ ਕਿਸ ਮਕਸਦ ਲਈ ਗਏ ਕੋਈ ਇਹਨਾਂ ਦਾ ਕੁਛ ਇਹਨਾਂ ਦਾ ਪੁਰਾਣੀਆਂ ਕੋਈ ਤਰੀਕਾ ਚੱਲਦੀਆਂ ਹੋਣੀਆਂ ਜੀ ਇਹਨਾਂ ਦੇ ਕਿ ਮਾਮਲੇ ਇਹਨਾਂ ਦੇ ਪੁਰਾਣੇ ਕਿਹੜੇ ਕਿਹੜੇ ਕਿਸ ਤਰ੍ਹਾਂ ਦੇ ਦਰਜ ਹੈ ਅਸਾਲਟ ਕੇਸ ਨੇ ਓਕੇ ਜੋ ਆਪੇ ਇਹਦਾ ਪਰਚਾ ਦਰਜ ਨੰਬਰ ਕਿੰਨਾ ਆਉਂਦਾ ਰਿਕਾਰਡ ਦਾ 264 ਨੰਬਰ 264 ਇਹਨਾਂ ਦੀ ਆਪਸ 'ਚ ਕੋਈ ਰਜਾਬੰਦੀ ਕੋਈ ਪੁਰਾਣੀ ਕੋਈ ਸਾਸ ਸੀਗੀ ਜੇ ਆਪਸ 'ਚ ਪਹਿਲਾਂ ਇੱਕ ਗਰੁੱਪ ਦੋਨੇ ਗਰੁੱਪ ਅਲੱਗ ਅਲੱਗ ਸੀਗੇ ਕਦੇ ਇੱਕ ਗਰੁੱਪ ਦੇ ਸੀਗੇ ਦੇਖੋ ਇਹ ਹਜੇ ਅਨੀਸ਼ੀਅਲ ਸਟੇਜ ਹੈ ਜੀ ਹੁਣ ਤੱਕ ਵੀ ਹਜੇ ਤੱਕ ਤਾਂ ਇੱਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਜਦੋਂ ਕੋਈ ਆਊਗੀ ਫਿਰ ਤੁਹਾਡੇ ਨਾਲ ਸ਼ੇਅਰ ਕਰਨਾ ਜਿਹੜੇ ਨਾਲ ਇਹਦੇ ਮੁੰਡਾ ਇੱਕ ਹੋਰ ਸੀਗਾ ਜਿਨ੍ਹਾਂ ਦੇ ਹੋਰ ਸੱਟਾਂ ਲੱਗੀਆਂ ਉਹਦੀ ਕੀ ਪੋਜੀਸ਼ਨ ਕੇਸ ਤੋਂ ਹਸਪਤਾਲ 'ਚ ਉਹ ਠੀਕ ਹੈ ਜੀ ਉਹ ਖਤਰੇ ਤੋਂ ਬਾਹਰ ਆ ਜੀ ਅਤੇ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਦੀ ਕੋਈ ਹਾਲੇ ਤੱਕ ਗ੍ਰਿਫਤਾਰੀ ਗ੍ਰਿਫਤਾਰੀ ਟੀਮਾਂ ਗਈਆਂ ਹੋਈਆਂ ਜੀ ਅੱਜ ਪੋਸਟਮਾਰਟਮ ਕਰਵਾ ਕੇ ਡੈੱਡ ਬੋਡੀ ਹਵਾਲੇ ਕੀਤੀ ਆ ਅਤੇ ਪਰੇਡ ਹੋ ਰਹੀ ਆ ਛੇਤੀ ਗ੍ਰਿਫਤਾਰੀ ਹੋ ਜਾਊਗੀ ਸਰ ਬਾਈ ਨੇਮ ਕਿੰਨੇ ਜਣੇ ਅਤੇ ਪਰਚਾ ਔਰ ਅਨਨੋਨ ਕਿੰਨੇ ਆ ਬਾਈ ਨੇਮ 10 ਜਣੇ ਆ ਜੀ ਅਤੇ ਅਨਨੋਨ 5-6 ਵਜੇ